ਜੀ ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ, ਸਰਪੰਚ ਡੈਰੀ ਫਾਰਮ 735 ਤੋਂ। ਅਤੇ ਅੱਜ ਆਪਾਂ ਤੁਹਾਨੂੰ ਦੱਸਦਾ ਭਰਾ, ਜਿਹੜੇ ਆਪਣੇ ਜਾਨਵਰ ਮੱਝਾਂ ਗਾਈਆਂ ਸੂਣ ਵਾਲੀਆਂ ਹੁੰਦੇ ਨੇਗੇ, ਆਪਾਂ ਜਿਹੜੀ ਪਹਿਲਾਂ 45 ਤੋਂ ਲੈ ਕੇ 60 ਦਿਨਾਂ ਦੇ ਵਿੱਚ ਫੀਡ ਪੈਂਦੀ ਆ, ਉਹ ਆਪਣੇ ਇਦੋਂ ਪਹਿਲੀ ਵੀਡੀਓ 'ਚ ਪਾਈ ਹੋਈ ਆ ਵੀ ਜਿਹੜੇ ਜਦੋਂ 60 ਦਿਨ ਰਹਿ ਜਾਣ ਪਸ਼ੂ ਸੂਣ ਦੇ, ਵੀ ਉਦੋਂ ਆਪਾਂ ਉਹਦੀ ਸਾਂਭ ਸੰਭਾਲ ਕਿਵੇਂ ਕਰਨੀ ਆ। ਅੱਜ ਆਪਾਂ ਜਿਹੜਾ ਸੂਣ ਤੋਂ ਬਾਅਦ ਸਟਾਰਟਿੰਗ ਕਰਨੀ ਆ, ਜੋ ਆਪਾਂ ਸੂਣ ਤੋਂ ਬਾਅਦ ਪਸ਼ੂ ਨੂੰ ਸਾਂਭਣਾ ਅਤੇ ਬੱਚੇ ਨੂੰ ਸਾਂਭਣਾ, ਉਹਦੇ ਨੂੰ ਵੀ ਕਿਵੇਂ ਸਾਂਭਣਾ, ਅਤੇ ਆਪਾਂ ਤੁਹਾਨੂੰ ਉਵੇਂ ਦੱਸਦੇ ਭਰਾ। ਅਤੇ 2 ਮਿੰਟ ਟਾਈਮ ਕੱਢ ਕੇ ਜ਼ਰੂਰ ਦੇਖਿਓ ਵੀਡੀਓ ਨੂੰ, ਲਾਈਕ ਫੋਲੋ ਸ਼ੇਅਰ ਜ਼ਰੂਰ ਕਰਿਓ ਭਰਾ, ਕਿਉਂ ਸਾਡਾ ਵੀ ਹੌਸਲਾ ਵੱਧਦਾ ਫਿਰ ਜੋ ਟਾਈਮ 'ਚੋਂ ਟਾਈਮ ਕੱਢ ਕੇ 2 ਮਿੰਟ ਤੁਹਾਨੂੰ ਕੋਈ ਆਪਣੇ ਜੋ ਵੀ ਆਪਾਂ ਕੋਈ ਵੀਡੀਓ ਪਾਵਾਂਗੇ ਤਾਂ ਬਾਈ ਕੰਮ ਦੀ ਪਾਉਣੇ ਆ। ਆਪਾਂ ਇਹ ਨਹੀਂ ਹੈਗਾ ਵੀ ਕਿਸੇ ਦੀ ਲੱਤ ਫੜ ਲਈ, ਕਿਸੇ ਦੀ ਬਾਂਹ ਫੜ ਲਈ ਭਰਾ, ਐਵੇਂ ਯੂਟਿਊਬਾਂ 'ਤੇ ਦੇਖ ਕੇ ਕਿਸੇ ਦੇ ਮੇਰੇ ਵਰਗੇ ਲਵੇ ਕੱਟੀ ਬੱਸੀ ਵੀ ਨਹੀਂ ਹੁੰਦੀ ਬਾਈ, ਉਹ ਵੀ ਸਲਾਹਾਂ ਦਿੰਦਾ ਅੱਜ ਕੱਲ੍ਹ। ਸਲਾਹ ਹਰ ਇੱਕ ਦੀ ਲਓ ਭਰਾ, ਪਰ ਵਰਤਣ ਤੋਂ ਪਹਿਲਾਂ ਉਹ ਗੱਲ ਨੂੰ ਬਹੁਤ ਵੇਰ ਸੋਚ ਸਮਝ ਕੇ ਵਰਤੋ, ਚਾਹੇ ਮੈਂ ਦੱਸਦਾ ਚਾਹੇ ਕੋਈ ਹੋਰ ਦੱਸਦਾ ਭਰਾ, ਕਿਉਂਕਿ ਕਈ ਵਾਰ ਆਪਾਂ ਫਾਇਦਾ ਕਰਦੇ ਕਰਦੇ ਉਹ ਚੀਜ਼ ਨਾਲ ਨੁਕਸਾਨ ਕਰ ਜਾਈਏ ਤਾਂ ਉਹਦਾ ਬਾਈ ਕੋਈ ਫਾਇਦਾ ਨਹੀਂ ਹੁੰਦਾ। ਤਾਂ ਜੋ ਆਪਾਂ ਭਰਾ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਸੂਣ ਤੋਂ ਬਾਅਦ ਪਸ਼ੂ ਕਿਵੇਂ ਸਾਂਭਣਾ, ਕੱਟਰੂ ਔਰ ਮੱਝ ਗਾਂ। ਜਦੋਂ ਭਰਾ ਆਪਣਾ ਮਨ ਮੱਝ 'ਤੇ ਲਾ ਲਓ ਜਦੋਂ ਸੂੰਦੇ ਆ, ਤਾਂ ਉਹਨੂੰ 1.5 ਘੰਟੇ ਤੋਂ ਲੈ ਕੇ 1.5 ਘੰਟੇ ਦੇ ਵਿੱਚ ਵਿੱਚ ਭਰਾ ਆਪਾਂ ਨਾ ਉਹ 1 ਕਿਲੋ, ਇਹ ਵੀ ਨਹੀਂ ਵੱਧ ਵੀ ਨਹੀਂ ਪਿਆਉਣੀ, 1 ਕਿਲੋ ਦੀ ਬੌਲੀ ਕੱਢ ਲਓ। ਅਤੇ ਉਦੋਂ ਬਾਅਦ ਆਪਾਂ ਗੁੜ ਦਾ ਕਾੜਾ ਕਰ ਲਓ 1.25 ਕਿਲੋ ਦਾ, ਅਤੇ ਉਹਨੂੰ ਜਦੋਂ ਠੰਡਾ ਕਰਕੇ ਉਹਨੂੰ ਉਹ ਪਿਲਾ ਦਿਓ ਭਰਾ। ਅਤੇ ਉਹਦੇ ਨਾਲ ਪਸ਼ੂ ਨੂੰ ਸਰੀਰ ਨੂੰ ਜਿਵੇਂ ਹੁਣ ਬੱਚਾ ਨਿਕਲ ਆਉਂਦਾ 60-70 ਕਿਲੋ ਮਸਕ ਪਾਣੀ ਨਿਕਲਿਆ ਹੁੰਦਾ, ਤਾਂ ਉਦੋਂ ਥੋੜ੍ਹਾ ਜਿਹਾ ਪਸ਼ੂ ਦੀ ਐਨਰਜੀ ਜਾਂ ਸਰੀਰ ਟੁੱਟ ਜਾਂਦਾ ਹੈਗਾ। ਤਾਂ ਜਦੋਂ ਆਪਾਂ ਗੁੜ ਦਾ ਕਾੜਾ 1.25 ਕਿਲੋ ਦਾ ਦੇਵਾਂਗੇ, ਇਕੱਲੇ ਗੁੜ ਦੇ ਹੀ ਭਰਾ ਦਿਓ ਭਰਾ, ਕਿਉਂ ਵਿੱਚ ਚੀਜ਼ਾਂ ਗਰਮ ਹੁੰਦੀਆਂ ਨੇ ਜਿਵੇਂ ਵੱਡੀਆਂ ਇਲਾਇਚੀਆਂ ਹੋ ਗਈਆਂ, ਹੋਰ ਮਨ ਜਵੈਣ ਜਮੂਣ ਪੱਪਾ, ਇਹ ਚੀਜ਼ਾਂ ਆਪਾਂ ਨਾ ਪਾਈਏ, ਇਹ ਪਾ ਦਈਏ ਆਪਾਂ 5-4 ਦਿਨ ਤੋਂ ਬਾਅਦ ਜੇ ਪਾਉਣੀ ਹੋਊ। ਤਾਂ ਜਦੋਂ ਸੂਇਆ ਹੋਊ ਉਦੋਂ ਆਪਾਂ ਇਕੱਲਾ ਗੁੜ ਦਾ 1.25 ਕਿਲੋ ਦਾ ਕਾੜਾ ਕਰਕੇ ਠੰਡਾ ਕਰਕੇ ਪਿਲਾ ਦਿਓ ਭਲਾ, ਅਤੇ 1.25 ਕਿਲੋ ਤੱਕ ਗਈ ਹੱਦ, ਉਹਨੂੰ ਆਪਾਂ ਉਹਦਾ ਬੌਲਾ ਕੱਢ ਕੇ ਪਿਲਾ ਦਿਓ ਭਲਾ। ਅਤੇ ਉਦੋਂ ਬਾਅਦ ਉਹਦੇ ਨਾਲ ਹੀਟ ਮਿਲ ਜੂ, ਅਤੇ ਉਦੋਂ ਬਾਅਦ ਮਾੜਾ ਜਿਹਾ ਨਿੱਘਾ ਜਿਹਾ ਪਾਣੀ ਜਾਂ ਮੋਟਰ ਦਾ ਹੋਵੇ ਜਾਂ ਮਨ ਮਾੜਾ ਜਿਹਾ ਕੋਸਾ ਹੋਵੇ, ਬੜਾ ਠੰਡਾ ਨਾ ਹੋਵੇ, ਉਹਨੂੰ ਜਿੰਨਾ ਉਹ ਪੀਂਦਾ ਭਰਾ ਉਹ ਪਿਆ ਦਿਓ, ਅਤੇ ਉਹਨੂੰ ਮਾੜਾ ਮੋਟਾ ਜੋ ਸੈਂਪਲ ਕਾਕੰਡਾ ਪਾਉਣਾ ਉਹ ਪਾ ਦਿਓ, ਕਿਉਂਕਿ ਜਿੰਨਾ ਉਹਦੇ ਅੰਦਰੋਂ ਸਮਾਨ ਨਿਕਲਿਆ ਹੁੰਦਾ, ਯਾਨੀ ਮਸਕ ਦਾ ਪਾਣੀ ਜਾਂ ਬੱਚਾ ਲਾ ਲਓ, ਤਾਂ ਜੇ ਆਪਾਂ ਉਹਨੂੰ ਮਾੜਾ ਮੋਟਾ ਉਹਦਾ ਢਿੱਡ ਭਰੂਗਾ ਤਾਂ ਗਰਮਾਇਸ਼ ਮਿਲੂਗੀ, ਤਾਂ ਫਿਰ ਉਹਦੇ ਜੇਰ ਪੈਣ 'ਚ ਬਹੁਤ ਆਸਾਨੀ ਹੋਊਗੀ, ਬਹੁਤ ਛੇਤੀ ਜੇਰ ਪਊ ਭਰਾ। ਅਤੇ ਉਦੋਂ ਬਾਅਦ ਫਿਰ ਆ ਜਾਓ ਬੱਚੇ 'ਤੇ ਬਾਈ, ਬੱਚੇ 'ਤੇ ਜਦੋਂ ਪਸ਼ੂ ਆਪਣਾ ਸੂੰਦਾ ਗਾ, ਚਲੋ ਜਾਲਾ ਤਾਂ ਮੂੰਹ ਪੱਪੇ ਤੋਂ ਆਪਾਂ ਤੋਂ ਕੱਢਣੇ ਆ, ਉਦੋਂ ਬਾਅਦ ਨਾ ਗੁੜ ਦਾ ਰੂੜੀਆਂ ਲੈ ਲਓ, ਗੁੜ ਦੇ ਰੂੜੀ ਤੇਲ ਲਾ ਲਓ ਸਰੋਂ ਦਾ, ਉਹਦਾ ਐਸਲੋਡ ਚੱਕ ਕੇ ਨਾ ਮਨ ਤਾਂ ਵਾਲੇ ਪਾਸੇ ਐਸਲੋਡ ਤਾਲੂਏ ਦੇ ਨਾਲ ਤਾਂ ਵਾਲੇ ਪਾਸੇ ਗੁੜ ਕਰਕੇ ਪਤਲਾ ਜਿਹਾ ਚਮੇੜ ਦਿਓ, ਘੱਟੋ ਘੱਟ 10-20 ਮਿੰਟਾਂ ਬਾਅਦ ਲਾ ਦਿਓ ਭਰਾ, ਘੰਟੇ ਦੇ ਵਿੱਚ 3-4 ਵਾਰ ਐਸਲੋਡ ਚੱਕ ਕੇ। ਅਤੇ ਜਦੋਂ ਆਪਾਂ ਤਾਲੂ ਨੂੰ ਲਾਤਾ ਤਾਂ ਜੋ ਉਹਦੀਆਂ ਲਾਲਾਂ ਬਣਨਗੀਆਂ ਗੁੜ ਦੀਆਂ, ਜੋ ਤੇਲ ਲੱਗਿਆ ਹੋਊਗਾ ਉਹਦੇ ਨਾਲ ਮੁਲਾਇਮ ਰਹੂ, ਤਾਂ ਉਹ ਆਪਦੀ ਜੀਭ ਲਿਆਊਗਾ, ਜਦੋਂ ਜੀਭ ਲਿਆਊਗਾ ਤਾਂ ਜੋ ਚੁੰਘਣ ਦੇ ਵਿੱਚ ਬਹੁਤ ਬੱਚੇ ਛੇਤੀ ਯਾਨੀ ਮੂੰਹ ਨਹੀਂ ਮਾਰਨ ਲੱਗਦੇ, ਜੀਭ ਨਹੀਂ ਹਿਲਾਉਣ ਲੱਗਦੇ, ਜਦੋਂ ਉਹਨੂੰ ਸਵਾਦ ਮਿਲੂਗਾ ਗੁੜ ਦੇ ਨਾਲ ਜਦੋਂ ਤੇਲ ਲੱਗਿਆ ਹੋਊਗਾ, ਤਾਂ ਆਟੋਮੈਟਿਕ ਉਹ 1.5 ਘੰਟੇ ਦੇ ਵਿੱਚ ਬਾਈ ਥਣ ਫੜਨ ਲੱਗ ਜੂਗਾ।
ਜੇ ਆਪਾਂ ਇਹ ਚੀਜ਼ ਨਹੀਂ ਕਰਦੇ ਤਾਂ ਚੁੰਘਣ ਦੇ ਵਿੱਚ ਬਹੁਤ ਵੱਡੀ ਸਮੱਸਿਆ ਆਉਂਦੀ ਆ, ਅਤੇ ਜਾਂ ਉਦੋਂ ਬਾਅਦ ਆਪਣੇ ਘਰ ਬੋਰੋਟੋਨ ਤਾਂ ਪਈ ਹੁੰਦੀ ਹੈ ਜੀ, ਉਹ ਉਹਨੂੰ ਲੈ ਕੇ 2 ਤੋਂ 3 ਗ੍ਰਾਮ 2 ਤੋਂ 3 ml ਆਪਾਂ ਸਰਿੰਜ ਰਾਹੀਂ ਉਹ ਵੀ ਦੇ ਸਕਦੇ ਹਾਂ, ਅਤੇ ਜਾਂ ਮਨ ਪਾਈ ਅੱਧ ਪੌਲੇ ਬੌਲਾ ਕੱਢ ਲਓ ਤਾਂ ਸਰਿੰਜ ਦੇ ਨਾਲ ਉਹਨੂੰ ਸਾਈਡ 'ਤੇ ਇੱਕ ਪਾਸੇ ਉਹ ਮਾਰੋ ਤਾਂ ਉਹਨੂੰ ਮੂੰਹ 'ਤੇ ਸਮੈਲ ਬਣੂਗੀ ਦੁੱਧ ਦੀ, ਤਾਂ ਉਹ ਚੁੰਘਣ ਲੱਗ ਜੂਗਾ। ਅਤੇ ਇਹਦੀ ਬਣਾ ਉਦੋਂ ਬਾਅਦ ਜੋ ਆਪਾਂ ਮੱਝ ਨੂੰ ਜਾਂ ਗਾਂ ਨੂੰ ਜਦੋਂ ਸੂਏ ਤੋਂ 1-2 ਦਿਨ ਹੋ ਜਾਣ, ਦੇਖੋ ਕਾੜੇ ਤਾਂ ਭਰਾ ਆਪਾਂ ਲੈ ਕੇ ਛੂਣ ਤੋਂ ਲਾ ਕੇ 10 ਤੋਂ 12 ਦਿਨ ਕਾੜੇ ਪਿਆਓ ਗੁੜ ਦੇ, ਜੇ ਆਪਦੇ ਪਸ਼ੂ ਦੇ ਹਿਸਾਬ ਨਾਲ 1/2 ਕਿਲੋ ਤੋਂ 1 ਕਿਲੋ ਤੱਕ ਆਪਾਂ ਕਾੜਾ ਪਿਆ ਸਕਦੇ ਹਾਂ, ਜੋ ਆਪਣੇ ਪਸ਼ੂ ਦੀ ਗਰੋਥ ਆ ਜਾਂ ਉਹਦਾ ਵਜ਼ਨ ਪੱਪਾਗਾ ਉਹਦੇ ਹਿਸਾਬ ਦੇ ਨਾਲ। ਨੰਬਰ 2 'ਤੇ ਅਤੇ ਜਦੋਂ ਆਪਾਂ 10 ਤੋਂ 12 ਦਿਨ ਗੁੜ ਦੇ ਕਾੜੇ ਪਿਲਾ ਤੇ ਉਦੋਂ ਬਾਅਦ 5 ਦਿਨ ਉਹਨੂੰ ਖਵਾਓ ਗੁਲਾਕੰਦ ਭਰਾ, 200 ਗ੍ਰਾਮ ਦਿਨ ਦੀ ਗੁਲਾਕੰਦ ਖਵਾਓ, ਤਾਂ ਕਿ ਉਹਦੇ ਨਾਲ ਸਹੀ ਸਲਾਮਤ ਅੰਦਰੋਂ ਮੈਲਾ ਚੱਲ ਪਏ, ਸਾਫ਼ ਹੋਊਗੀ, ਤਾਂ ਜਦੋਂ ਪਸ਼ੂ ਸਾਫ਼ ਹੋਊਗਾ ਦੇਖੋ ਦੁੱਧ 'ਤੇ ਫੇਰ ਆਉਣਾ। ਕਈ ਵੇ ਭਰਾ ਨਾ ਉਹਦੀ ਸੂਣ ਤੋਂ 2-3 ਦਿਨ ਲੇਟ ਹੀ ਸਟਾਰਟ ਕਰਦੇ ਨੇ ਕਣਕ ਦੀ, ਜਿਵੇਂ ਗੇਹੂੰ ਦੀ ਕਹਿੰਦੇ ਨੇ ਆਪਾਂ, ਅਤੇ ਭਾਰੀ ਚੀਜ਼ਾਂ ਦੇਣ ਲੱਗ ਜਾਂਦੇ ਨੇ ਗੇ, ਜਿਵੇਂ ਦਾਣਾ ਬਣਿਆ ਹੁੰਦਾ ਵੀ ਦੁੱਧ ਵੱਧ ਜੇ। ਭਰਾ ਤੁਸੀਂ 10 ਤੋਂ 12 ਦਿਨ ਨਾ ਪਸ਼ੂ ਦੇ ਦੁੱਧ ਵੱਲ ਨਾ ਦੇਖੋ ਵੀ ਆਪਾਂ ਦੁੱਧ ਵਧਾਉਣਾ ਗਾ, ਅਤੇ ਆਪਾਂ 10 ਤੋਂ 12 ਦਿਨ ਦਾ ਪਸ਼ੂ ਦਾ ਸਰੀਰ ਦੇਖੋ ਵੀ ਆਪਾਂ ਉਹਨੂੰ ਸੈੱਟ ਕਿਵੇਂ ਕਰਨਾ, ਕਿਉਂਕਿ ਜਦੋਂ ਬੱਚੇ ਨੂੰ ਜਨਮ ਦਿੱਤਾ ਹੁੰਦਾ ਗਾ ਤਾਂ ਉਦੋਂ ਸਰੀਰ ਬਹੁਤ ਕਮਜ਼ੋਰਾ ਪੈ ਜਾਂਦਾ, ਘੇਰਾ ਦੁਬਾਰੇ ਉਹਦਾ ਲੀਵਰ ਤੋਂ ਲਾ ਕੇ ਦੁਬਾਰੇ ਉਹਨੇ ਸਰੀਰ ਨੇ ਚੱਲਣਾ ਹੁੰਦਾ, ਤਾਂ ਆਪਾਂ ਤੁਹਾਨੂੰ ਦੱਸਦੇ ਹਾਂ ਭਰਾ ਜੋ ਸਰ੍ਹੋਂ ਦੀ ਖਲ ਲੈ ਲਓ ਬਾਈ, ਬੜੇਵਿਆਂ ਦੀ ਖਲ ਲੈ ਲਓ, ਚੋਕਰ ਲੈ ਲਓ, ਛਿਲਕਾ ਲੈ ਲਓ, ਇਹਨਾਂ ਦੇ ਚਾਰਾਂ ਦੇ ਵਿੱਚੋਂ ਕੋਈ ਵੀ ਚੀਜ਼, ਜਿਵੇਂ ਛਿਲਕੇ ਦੇ ਚੋਕਰ ਇਹ 'ਚ ਇੱਕ ਚੀਜ਼ ਮਿਲਦੀ ਆ, ਜੇ ਦੋਨੇ ਚੀਜ਼ਾਂ ਮਿਲਦੀਆਂ ਨੇ ਇਹ 1/2 ਕਿਲੋ ਪਾ ਲਓ, ਅਤੇ ਜਾਂ ਉੱਧਰੋਂ ਖਲਾਂ ਮਿਲਦੀਆਂ ਨੇ ਬੜੇਵਿਆਂ ਦੀ ਮਿਲਦੀ ਆ 1/2 ਕਿਲੋ ਤੜਕੇ 1/2 ਕਿਲੋ ਹੱਥ ਨੇ ਸਟਾਰਟਿੰਗ ਦੇ ਵਿੱਚ 2-3 ਦਿਨ ਉਹ ਸਟਾਰਟ ਕਰ ਲਓ। ਜੇ ਸਰ੍ਹੋਂ ਦੇ ਪਸ਼ੂ ਖਾਂਦੇ ਨੇ ਤਾਂ ਉਹ ਸਾਰਿਆਂ ਨਾਲੋਂ ਵਧੀਆ ਬਾਈ, ਸਰ੍ਹੋਂ ਦੀ ਖਲ ਤੁਹਾਨੂੰ ਮੈਂ ਦੱਸਦਾ ਕੜੱਤਣ ਨਹੀਂ ਫੜਦੀ ਹੈਗੀ, ਜਦੋਂ ਸਰ੍ਹੋਂ ਦੀ ਖਲ ਆਪਾਂ ਭਿਉਣੀ ਆ, ਸਰ੍ਹੋਂ ਦੀ ਖਲ ਭਿਉਂ ਕੇ ਉਹਦੇ ਵਿੱਚ 2 ਚਮਚੇ ਮਿੱਠੇ ਛੋਟੇ ਦੇ ਪਾ ਦਿਓ ਬਾਈ, ਜਿੰਨੀ ਵੀ ਉਹਦੇ ਵਿੱਚ ਕੜੱਤਣ ਹੋਊਗੀ ਕੌੜਪਣਾ ਹੋਊਗਾ ਸਾਰਾ ਜੋ ਆਪਾਂ ਉਹ ਪਾ ਤਾ ਮਿੱਠਾ ਛੋਟੇ ਦੇ 2-2.5 ਚਮਚੇ ਵੀ ਮੰਨ 30-35 ਗ੍ਰਾਮ ਲਾ ਲਓ 2-2.5 ਚਮਚਿਆਂ ਦੇ ਵਿੱਚ ਬਣ ਜੂ, ਤਾਂ ਉਹਦਾ ਜਿਹੜਾ ਕੌੜਾਪਣਾ ਸਮੈਲਾ ਸਾਰੀ ਚੱਕ ਦੂ ਬਾਈ, ਪਸ਼ੂ ਖੁਸ਼ ਹੋ ਕੇ ਖਾਊਗਾ। ਤਾਂ ਖਲਾਂ 'ਤੇ ਜ਼ੋਰ ਦਿਓ ਬਾਈ, 10-12 ਦਿਨ ਹੌਲੀ ਹੌਲੀ ਕਿਲੋ ਤੜਕੇ ਦੀ ਕਰ ਲਓ, ਕਿਲੋ ਹੱਥਾਂ ਦੀ ਕਰ ਲਓ, ਨਾਲ ਚੋਕਰ ਪਾਈ ਚੱਲੋ, ਅਤੇ ਆਪਣਾ ਕੱਕ ਗੰਢਾ ਤੂੜੀ ਦੇ ਵਿੱਚ ਪਾ ਕੇ ਪਾ ਦਿਓ, ਸਿਰਫ ਨੋਰਮਲ ਖੁਰਾਕ ਰੱਖੋ ਬਾਈ। ਜਦੋਂ 10 ਤੋਂ 12 ਦਿਨ ਹੋ ਗਏ ਫਿਰ ਉਹਨੂੰ ਪਾਉਣੀ ਆ ਲੇਟੀ ਮੱਕੀ ਦੀ, ਕਣਕ ਦੀ, ਬਾਜਰੇ ਦੀ, ਅਤੇ ਵਿੱਚ ਗੁੜ ਪਾ ਕੇ ਮਾੜਾ ਮੋਟਾ ਤੇਲ ਪਾ ਲਓ, ਤਾਂ ਉਹਨੂੰ ਉਬਾਲ ਕੇ ਦੇ ਲਓ। ਜੇ ਸੁੱਕਾ ਪਾਉਣਾ ਗਾ ਤਾਂ ਸੁੱਕਾ ਮਨ ਗਰਮ ਪਾਣੀ ਦੇ ਵਿੱਚ ਵਧੀਆ 'ਚ ਪਾ ਕੇ ਭਿਉਂ ਕੇ ਉਹਨੂੰ ਉਹ ਪਾ ਦਿਓ, ਤਾਂ ਫਿਰ ਉਦੋਂ ਬਾਅਦ ਜਦੋਂ ਆਪਣੇ ਸੂਏ ਨੂੰ 20 ਦਿਨ ਹੋ ਜਾਣ ਬਾਈ, ਫਿਰ ਉਹਨੂੰ ਮੜੱਪਾਂ ਵਾਲੀ ਗੋਲੀ ਵਧੀਆ ਕੋਈ ਕੰਪਨੀ ਦੀ ਲੈ ਕੇ ਜਿਹੜੀ ਵਧੀਆ ਕੰਮ ਕਰੇ, ਅਲਮਿੰਡਾ ਜੋ ਲੈ ਲਓ ਏ 'ਤੇ ਹੁੰਦੀ ਆ, ਅਤੇ ਅਲਮਿੰਡਾ ਜੋ ਉਹਨੂੰ ਵਧੀਆ ਗੋਲੀ ਲੈ ਕੇ ਦੇ ਦਿਓ, ਜਿਹੜੀ ਆਪਾਂ ਘੱਟੋ ਘੱਟ ਜਿਹਦੇ 20 ਕੁ ਦਿਨ ਦੇ ਲਵੇ ਲੱਗ ਜੇ ਮੈਲਾ ਸਾਫ਼ ਹੋ ਜੇ, ਫਿਰ ਪਸ਼ੂ ਨੂੰ ਉਦੋਂ ਬਾਅਦ ਵਧੀਆ ਖੁਰਾਕ ਚਲਾਓ ਹੌਲੀ ਹੌਲੀ ਛਹਿੰਦੇ। ਇਹ ਨਾ ਹੋਵੇ ਕਈ ਵਾਰ ਭਰਾ ਪਸ਼ੂ ਜਦੋਂ ਸੂ ਪਾਉਂਦਾ ਹੁੰਦਾ ਆਪਾਂ ਨੂੰ ਦੁੱਧ ਵਧਾ ਲਈਏ ਤਾਂ ਚੱਕ ਕੇ ਉਹਨੂੰ ਜੰਗੇ ਫੀਡਾਂ ਪਾ ਦੇਣਾ ਜਾਂ ਲੇਟੀਆਂ ਪਾ ਦੇਣਾ, ਤਾਂ ਪਸ਼ੂ ਦਾ ਬਾਈ ਲੀਵਰ ਜਦੋਂ ਕੇਰਾਂ ਚੋਕ ਹੋ ਗਿਆ ਨਾ ਫਿਰ ਮੁੜ ਕੇ ਪਸ਼ੂ ਦੁੱਧ 'ਤੇ ਨਹੀਂ ਛੇਤੀ ਆਉਂਦਾ, ਸੂ ਹੀ ਖਰਾਬ ਹੋ ਜਾਂਦਾ। ਜਦੋਂ ਆਪਾਂ ਫੀਡਿੰਗ ਕੋਈ ਵੀ ਕਰਨ ਲੱਗਣੀ ਹੈ, ਚਾਹੇ ਆਪਾਂ ਘਰ ਦੀ ਲੇਟੀ ਕਾਸੇ ਦੀ, ਜਾਂ ਆਪਾਂ ਬਣੀ ਫੀਡ, ਜਾਂ ਕੋਈ ਖਲਾਂ ਪਾਉਣ ਲੱਗਣੀਆਂ ਨੇ, ਜਿਹੜੀਆਂ ਆਪਾਂ ਸੂਣ ਵੇਲੇ ਬਾਈ ਪਾਉਣ ਲੱਗ ਗਏ
ਸਾਰਾ ਸੂਗਾ ਮੰਨ ਕੇ ਆਪਾਂ ਇਹ ਚੱਲੋ ਵੀ ਆਪਾਂ ਉਹੀ ਵਰਤੀਆਂ ਜਾਣ, ਤਾਂ ਕਿ ਜਦੋਂ ਪਸ਼ੂ ਜਿਹੜਾ ਸਮੈਲ 'ਤੇ ਲੱਗ ਗਿਆ, ਜੋ ਪਸ਼ੂ ਖਾਣ ਲੱਗ ਗਿਆ, ਜੇ ਆਪਾਂ ਜਾ ਕੇ ਮਹੀਨਾ ਕੋਈ ਦੇਖ ਕੇ ਚੀਜ਼ ਪਾਲੀ, ਮਹੀਨਾ ਕੋਈ ਪਾਲੀ, ਪਸ਼ੂ ਫਿਰ ਮੁੜ ਕੇ ਭਰਾ ਸਾਰਾ ਸੂਆ ਹੀ ਖਰਾਬ ਹੋ ਜਾਂਦਾ, ਨਾ ਪਸ਼ੂ ਫਿਰ ਉਹਨੂੰ ਖਾਂਦਾ ਚੱਜਣਾ ਨਾ ਉਹਨੂੰ, ਕਿਉਂ ਪਸ਼ੂ ਦੀ ਸਮੈਲ ਐਡੀ ਜ਼ਿਆਦਾ ਹੁੰਦੀ ਆ ਬਾਈ, ਇਹਨੇ ਸਮੈਲ ਦੇ ਨਾਲ ਹੀ ਕੋਈ ਵੀ ਚੀਜ਼ ਖਾਣੀ ਆ ਤਾਂ ਸਮੈਲ ਨਹੀਂ ਖਾਣੀ ਆ। ਅਤੇ ਆਹ ਦੇਖੋ ਬਾਈ ਆਪਣੇ ਜਾਨਵਰ, ਹੁਣ 4 ਵੱਜਣ ਵਾਲੇ ਨੇ, 4:15 ਹੋ ਗਏ, ਸ਼ਾਮ ਦਾ ਟਾਈਮ ਆ, ਹੁਣ ਆਪਾਂ ਇਹਨੂੰ ਸਾਰਿਆਂ ਨੂੰ ਕੱਖ ਪੰਡਾ ਪਾਵਾਂਗੇ ਦਾਣਾ ਦੂਣਾ, ਅਤੇ ਆਪਣਾ ਤਾਂ ਇਹੀ ਕੰਮ ਆ, ਜਿਵੇਂ ਹੁਣ ਮਨੱਤੀ ਦੀ ਕੱਟੀ ਆ ਬਾਈ, ਆ ਜਾ ਮਾੜਾ ਜਾਂਦੂ ਗਾਹਾਂ ਤੁਰਿਆ ਕਰ, ਇਹ ਆਪਣੇ ਮਨੱਤੀ ਦੀ ਕੱਟੀ ਆ ਬਾਈ 2 ਦੰਦਾਂ, ਅਤੇ ਇਹ ਮੰਨ ਹੁਣ ਆਪਾਂ ਅੱਜ ਦਿਨ ਇਹਦੇ 5 ਤਰੀਕ ਨੂੰ, 9ਵੇਂ ਦੇ 5 ਤਰੀਕ ਨੂੰ ਇਹਦੇ ਦਿਨ ਪੂਰੇ ਨੇ ਗੇ, ਹੁਣ ਅੱਜ ਤਰੀਕ ਹੈਗੀ 19, ਅਤੇ 19 ਤੋਂ ਬਾਅਦ 11 ਕੁ ਦਿਨ ਇਹ ਰਹਿੰਦੇ ਨੇ ਬਾਈ, 5-7 ਕੁ ਦਿਨ ਉਹ ਰਹਿੰਦੇ ਨੇ, 16-17 ਜਾਣੀ 20 ਕੁ ਦਿਨ ਲਊਗੀ ਇਹ, ਅਤੇ ਦੇਖ ਬੜਾ ਹੀ ਦਿਖਾਈ ਮੜਾ ਜੀ ਦੁੱਧ, ਦੇਖੋ ਭਰਾ ਕਿਵੇਂ ਲੱਗੀ ਇਹ ਮਨੱਤੀ ਦੀ ਕੱਟੀ ਆ 2 ਦੰਦਾਂ, ਅਤੇ ਬਹੁਤ ਵਧੀਆ ਤਿਆਰ ਹੁੰਦੀ ਜਾਂਦੀ ਹੈ ਇਹ, ਆਪਦੀ ਫੀਡ ਆ ਜਿਹੜੀ ਤੁਹਾਨੂੰ ਪਹਿਲਾਂ ਦੱਸਿਆ ਸੂਨ ਤੋਂ ਉਹ ਪਾਉਣੇ ਆ, ਸਾਰੇ ਪਸ਼ੂ ਨੂੰ ਤਕਰੀਬਨ ਆਪਾਂ ਉਹੀ ਪਾਉਣਾ, ਦੇਖੋ ਝੋਟੀ ਬਾਈ, ਅਤੇ ਤਾਂ ਕਰਕੇ ਭਰਾ ਜਿਹੜੀ ਵੀ ਜਾਣਕਾਰੀ ਦੇਵਾਂਗੇ ਤਾਂ ਉਹ ਦੇਵਾਂਗੇ ਜਿਹੜੀ ਆਪਾਂ ਆਪਦੇ ਪਸ਼ੂਆਂ 'ਤੇ ਵਰਤੀ ਹੋਵੇ। ਆ ਸੁਣ ਆਪਣੇ ਗਰੋਥਾਂ ਦੇਖੋ ਜੀ ਇਹਨਾਂ ਦੀਆਂ, ਨਾਲੇ ਆਪਾਂ ਕੋਈ ਇਹ ਨਹੀਂ ਹੈਗਾ ਵੀ ਆਪਾਂ ਬਾਹਲਾ ਦੁੱਧ ਪਿਆਉਂਦੇ ਹਾਂ, 1.5 ਤੋਂ 2 ਕਿਲੋ ਤੜਕੇ, 1.5 ਤੋਂ 2 ਕਿਲੋ ਹੱਥ ਨੇ, ਅਤੇ ਨਾਲ ਹੁਣ ਇਹ ਮੱਝਾਂ ਦੇ ਨਾਲ ਦੇ ਦਾਣਾ ਦੂਣਾ ਖਾਣ ਲੱਗ ਗਏ ਬਾਈ, ਤਾਂ ਗਰੋਥ ਬਹੁਤ ਵਧੀਆ। ਪਰ ਇਹਨਾਂ ਨੂੰ ਮੰਨ ਲਾ ਲਓ ਵੀ ਦਵਾਈ ਦਵੂਈ ਮਾੜੇ ਮੋਟੇ ਦੇਣ ਨੂੰ, ਇਹ ਨਹੀਂ ਹੈਗਾ ਵੀ ਇਹਨਾਂ ਦਾ ਅਸੀਂ ਇੱਥੋਂ ਹੀ ਲਾ ਲੈਣਾ ਬੱਚਿਆਂ ਨੂੰ, ਦੇਖੋ ਜੀ ਜਦੋਂ ਮੂੰਹ 'ਚ ਪਾਉਣਾ ਇਹਨਾਂ ਨੂੰ, ਹੱਥ ਹੱਥ ਐਂ ਗਿੱਝ ਜਾਂਦੇ ਨੇ ਇਹਨਾਂ ਨੂੰ, ਐਂ ਅਲਕ ਉਲਕ ਤਾਂ ਨਹੀਂ ਕਰਦੇ ਹੈਗੇ ਬਾਈ, ਤਾਂ ਕਰਕੇ ਸਿੰਧੂ ਕਿਰਾਂ ਦਿਖਾ ਦੇ ਸਾਰਾ ਫਾਰਮ ਮਿੰਟ ਬਾਹਰ, ਅਤੇ ਭਰਾ ਦੇਖ ਕੇ ਭਰਾ ਦੇਖ ਲਿਆ ਕਰੋ ਸਾਰੇ ਜਾਨਵਰ ਆਪਣੇ ਕਿਵੇਂ ਤਿਆਰ ਕਰੇ ਨੇ, ਝੋਟੀਆਂ ਉੱਧਰ ਮਾੜੇ ਝੋਟੀਆਂ ਦੇ ਮਰਵਾਲਾ ਗੇੜਾ, ਅਤੇ ਮਿਹਨਤ ਬਹੁਤ ਲੱਗਦੀ ਆ ਬਾਈ, ਤਾਂ ਇਹਨਾਂ ਦੇ ਨਾਲ ਜਦੋਂ ਇਹਨਾਂ ਦੇ ਵਿੱਚ ਵੜਦੇ ਹਾਂ ਬਾਈ, ਜੋ ਕੋਈ ਮਨ 'ਤੇ ਟੈਨਸ਼ਨ ਪੱਪਾ ਹੁੰਦਾ ਸਾਰਾ ਲੈ ਜਾਂਦਾ ਬਾਈ, ਜਦੋਂ ਇਹੋ ਜਿਹੇ ਜਾਨਵਰ ਤਿਆਰ ਹੁੰਦੇ ਨੇਗੇ ਤਾਂ ਬਾਈ ਕੋਈ ਆਪਾਂ ਬਾਹਲਾ ਇਹ ਨਹੀਂ ਹੈਗਾ ਵੀ ਆਪਾਂ ਦਾਣਾ ਪੱਪਾ ਜ਼ਿਆਦਾ ਪਾ ਕੇ ਕੋਈ ਤਿਆਰ ਕਰਦੇ ਹਾਂ, ਅਤੇ ਆਪਦੇ ਵੱਤ ਸੇਵਾ ਦੇ ਨਾਲ ਪਸ਼ੂ ਆਪਣੇ ਤਿਆਰ ਹੁੰਦੇ ਆ। ਉਹ ਪਾਉਣੇ ਆ, ਆ ਹੁਣ ਆਪਣਾ ਦਾਣਾ ਭਿਉਂਤਾ ਪਿਆ ਬਈ, ਹੁਣ ਆਪਾਂ ਇਹ ਪਾਉਣੇ ਆ, ਅਤੇ ਆਪਣੇ ਲਾ ਲਓ ਵੀ ਆਹ ਵੀ ਕੱਟਰੂ ਨੇਗੇ, ਮੰਨ ਇਹ 4 ਮਹੀਨੇ ਤੋਤੇ ਵਾਲੇ ਨੇ, 4.25 ਮਹੀਨੇ ਹੋ ਗਏ, ਦਿਖਾ ਦਿੰਦਾ ਮੁੰਡਾ ਜੀ, ਦੇਖੋ ਜੀ ਇਹਨਾਂ ਦੇ ਆ। ਆਪਾਂ ਤੁਹਾਨੂੰ ਇਸ ਤੋਂ ਬਾਅਦ ਗਾਹਾਂ ਵਾਲੀ ਵੀਡੀਓ ਦੇ ਵਿੱਚ ਨਾ ਬਾਈ ਜਿੰਨੇ ਆਪਣੇ ਲਵੇ ਕੱਟਰੂ ਨੇਗੇ ਸਾਰੇ ਕੱਟਰੂਆਂ ਦੀ ਡਿਟੇਲ ਦੇਵਾਂਗੇ ਵੀ ਹੁਣ ਇਹ ਆਪਣੇ ਲਵੇ ਕਿਹੜੇ ਕਿਹੜੇ ਸੀਮਣਾਂ ਦੇ ਨੇਗੇ, ਅਤੇ ਕਿਹੜੇ ਕਿਹੜੇ ਮੰਨ ਗਰੋਥ ਦੇਖੋ ਜੀ ਸਾਰਿਆਂ ਦੀ ਆਪਣੇ ਲਵੇ ਪੂਰੀ ਸਿਰੇ ਦੀ ਹੈਗੀ। ਆਹ ਦੇਖੋ ਜੀ ਬੱਚਿਆਂ ਦੀ ਗਰੋਥ, ਜੇ ਆਪਾਂ ਇੱਥੋਂ ਇਹਨਾਂ ਨੂੰ ਵਧੀਆ ਸਾਂਭ ਕੇ ਲੈ ਜਾਂਗੇ, ਲੀਵਰ ਟੋਨਿਕ ਦੇ ਦਿਆ ਕਰੋ ਇਹਨੂੰ 5 ml, 5-10 ml ਦੇ ਵਿੱਚ, ਅਤੇ ਇੱਕ ਮੜੱਪਾਂ ਵਾਲੀ ਗੋਲੀ ਬਈ, ਮੰਨ ਗੋਲੀ ਤਾਂ ਨਾ ਦਿਓ ਬਈ, ਲੀਕੜ ਦੇ ਵਿੱਚ ਆਉਂਦੇ ਆ ਜੋ, ਅਤੇ ਉਹ ਦੇ ਦਿਆ ਕਰੋ, ਉਹ ਦਿਖਾ ਦੇ ਕੱਟਰੋ, ਹਾਂ ਰਵੈਂਡਾ ਜੋਰ, ਅੰਗਰੇਜ਼ੀ 'ਚ ਬਾਈ ਹੱਥ ਤੰਗ ਆ, ਰਵੈਂਡਾ ਜੋਰ ਦੀ ਸ਼ੀਸ਼ੀ ਲਿਆਓ ਬਾਈ,
ਜਿੱਦੇ ਕੱਟਰੂ ਆਪਣਾ 10 ਦਿਨ ਦਾ ਹੋ ਗਿਆ ਉਦੇ ਮਨ ਆਪਾਂ ਉਹਨੂੰ 10 ਐਮਐਲ ਦੇਣੀ ਆ ਬਈ। ਜਿੱਦੇ ਕੱਟਰੂ ਆਪਣਾ 20 ਦਿਨ ਦਾ ਹੋ ਗਿਆ ਉਹਨੂੰ 20 ਐਮਐਲ ਦੇਣੀ ਆ। ਜਿੱਦੇ 30 ਦਿਨ ਦਾ ਹੋ ਗਿਆ ਬਾਈ ਉਹਨੂੰ ਆਪਾਂ 30 ਐਮਐਲ ਦੇਣੀ ਆ। ਉਦੋਂ ਬਾਅਦ ਫਿਰ ਉਹਨੂੰ ਆਪਾਂ 2 ਮਹੀਨਾ ਬਾਅਦ ਕਰ ਦਿਓ, ਫਿਰ 3 ਮਹੀਨਾ ਬਾਅਦ, ਅਤੇ ਉਦੋਂ ਬਾਅਦ ਫਿਰ 3 ਮਹੀਨਾ ਬਾਅਦ ਦੇ ਚੱਲਿਆ ਕਰੋ ਬਈ ਲਿਵਰ ਟੋਨਿਕ। ਫਿਰ ਉਹਦੇ ਨਾਲ ਪਸ਼ੂਆਂ ਦੇ ਅੰਦਰੋਂ ਜਦੋਂ ਮੜੱਪ ਸਾਫ਼ ਹੋਣਗੇ, ਪਸ਼ੂ ਅੰਦਰੋਂ ਠੀਕ ਠਾਕ ਹੋਊਗਾ ਜੀ ਪੱਪੇ ਤੋਂ, ਤਾਂ ਉਹ ਗਰੋਥ ਚੰਗੀ ਕਰਨਗੇ ਬਾਈ। ਹੁਣ ਆਪਣੇ ਆਹ ਦੇਖੋ ਜੀ ਜਾਨਵਰ ਕਿੰਨੇ ਵਧੀਆ ਤਿਆਰ ਹੋਏ ਹੋਏ ਆ। ਠੀਕ ਆ ਭਰਾ, ਹੁਣ ਵੀਡੀਓ ਵੱਧ ਲੰਬੀ ਹੁੰਦੀ ਆ ਅਤੇ ਹੁਣ ਆਪਾਂ ਇੱਥੇ ਸਮਾਪਤ ਕਰਦੇ ਹਾਂ ਗਾਹਾਂ ਨੂੰ, ਫਿਰ ਆਪਾਂ ਇਹਨਾਂ ਦੇ ਸਾਂਭ ਸੰਭਾਲ ਬਾਰੇ, ਦਾਣੇ ਬਾਰੇ ਵੀ ਦੱਸਾਂਗੇ। ਠੀਕ ਆ ਜੀ।